ਜ਼ਿਲ੍ਹਾ ਸੰਗਰੂਰ ਦੇ ਪਿੰਡ ਮਹਿਲਾ ਚੌਂਕ 'ਚ ਉਸ ਸਮੇਂ ਸਨਸਨੀ ਫੈਲ ਗਈ ਜਦ ਉੱਥੋਂ ਲੰਘਦੀ ਡਰੇਨ ਨੇ ਕਿਨਾਰਿਓ ਇੱਕ 25 ਸਾਲਾਂ ਨੌਜਵਾਨ ਦੀ ਲਾਸ਼ ਬਰਾਮਦ ਹੋਈ। ਪੁਲਿਸ ਨੂੰ ਸ਼ੱਕ ਹੈ ਕਿਸੇ ਨੇ ਨੌਜਵਾਨ ਦਾ ਤੇਜ਼ ਧਾਰ ਹਥਿਆਰ ਨਾਲ ਵਾਰ ਕਰਕੇ ਕਤਲ ਕਰ ਦਿੱਤਾ। ਫਿਲਹਾਲ ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਮ੍ਰਿਤਕ ਦਾ ਮੋਟਰਸਾਈਕਲ ਵੀ ਬਰਾਮਦ ਕੀਤਾ ਹੈ। ਦੱਸਿਆ ਜਾ ਰਿਹਾ ਕਿ ਮ੍ਰਿਤਕ ਨੌਜਵਾਨ ਦੀਆਂ 3 ਭੈਣਾਂ ਹਨ। SHO ਨੇ ਦੱਸਿਆ ਕਿ ਨੌਜਵਾਨ ਦੀ ਪਹਿਚਾਣ ਮੁਕੇਸ਼ ਸ਼ਰਮਾ ਦੇ ਰੂਪ 'ਚ ਹੋਈ ਹੈ, ਜੋ ਕਿ ਆਪਣੇ ਪਿੰਡ ਨਾਨਕੇ ਮਹਿਲਾ ਚੌਂਕ 'ਚ ਰਹਿੰਦੇ ਹਨ। ਸਵੇਰੇ ਅਸੀਂ ਰੂਟੀਨ 'ਚ ਉੱਠ ਕੇ 5 ਵਜੇ ਭੈਣ ਮੇਰੀ ਪਾਠ ਪੂਜਾ ਕਰ ਰਹੀ ਸੀ ਅਤੇ ਕੁੜੀ ਆਪਣਾ ਡਿਊਟੀ ਚਲੀ ਗਈ। ਉਸ ਤੋਂ ਬਾਅਦ ਮੈਨੂੰ ਜੱਗੀ ਕਹਿੰਦਾ ਵੀ ਉੱਥੇ ਮੁਕੇਸ਼ ਆ ਜਿਹੜਾ ਖੰਨਾ ਡਿੱਗਿਆ ਪਿਆ। ਮੈਂ ਆਪਦੀ ਭੈਣ ਨੂੰ ਲੈ ਕੇ ਅਤੇ ਗਵਾਂਢਣ ਨੂੰ ਲੈ ਕੇ ਉੱਥੇ ਪਹੁੰਚੀ। ਉਦੋਂ ਬਾਅਦ ਮੈਂ ਆਹ ਸਾਡਾ ਗਵਾਂਢੀ ਆ ਮੁੰਡਾ ਜੱਸੀ, ਇਹਨੂੰ ਲੈ ਕੇ ਗਈ। ਕਲਾਰ ਖੁਰਦ ਦਾ ਪੁਲਿਸ ਵਾਲੇ ਆਪਣੇ ਮੁਲਾਜ਼ਮਾਂ ਨੂੰ ਮਿਲਿਆ ਸੀ। ਕੀ ਵੱਜਿਆ ਹੋਇਆ ਸੀ ਉਹਦੇ, ਕਿਵੇਂ ਉਹਦੇ ਜੀ ਸਿਰ 'ਤੇ ਉਹਦੇ ਸੱਟ 'ਤੇ, ਉਦੋਂ ਤਾਂ ਅਸੀਂ ਦੂਰੋਂ ਦੇਖਿਆ ਉਹਨੂੰ, ਪਰ ਉਹ ਮੁੱਦਾ ਡਿੱਗਿਆ ਪਿਆ ਸੀ, ਉਹਦੇ ਇੱਥੇ ਸੱਟ ਮਾਰੀ ਹੋਈ। ਜਿਹੜਾ ਕਲਾਰਾਂ ਪਿੰਡ ਆ ਉਹਦੇ ਨਾਲ ਇੱਕ ਪੱਕੀ ਸੜਕ 'ਤੇ ਡਰੇਨ ਹੈ, ਚੂਹਾ ਕਹਿੰਦੇ ਨੇ ਉਹਨੂੰ, ਜੀ ਸਰਹੰਦ ਚੂਹਾ, ਉਹਦੇ ਨਾਲ ਕੱਚਾ ਪਹਾ ਜਾਂਦਾ ਵੀ ਉੱਥੇ ਇੱਕ ਮੋਟਰਸਾਈਕਲ ਖੜ੍ਹਾ ਅਤੇ ਨਾਲ ਇੱਕ ਉਹਦੇ ਲਾਸ਼ ਪਈ ਹੈ। ਅਸੀਂ ਤੁਰੰਤ ਆਪਣੀ ਪੁਲਿਸ ਪਾਰਟੀ ਨੂੰ ਨਾਲ ਲੈ ਕੇ ਮੌਕੇ 'ਤੇ ਪਹੁੰਚੇ। ਮੌਕੇ 'ਤੇ ਸਾਨੂੰ ਉਹਦੀ ਜਿਹੜੀ ਕੀਤੀ ਮਾੜੀ ਮੁੱਟੀ ਮੁਆਇਨਾ ਕੀਤਾ, ਮੁਆਇਨੇ ਦੇ ਸਿਰ ਦੇ ਪਿੱਛੇ ਸੱਟਾਂ ਲੱਗੀਆਂ ਹੋਈਆਂ ਸੀਗੀਆਂ, ਜਿੱਥੋਂ ਸਾਨੂੰ ਲੱਗਿਆ ਵੀ ਇਹ ਮਰਡਰ ਹੋ ਸਕਦਾ। ਅਸੀਂ ਮੌਕੇ 'ਤੇ FSL ਟੀਮ ਮੰਗਾਈ ਸੀ ਅਤੇ FSL ਟੀਮ ਮੰਗਾ ਕੇ ਉਹਨਾਂ ਨੇ ਆਪਣੀ ਜਿਹੜੀ ਉੱਥੇ ਨੇੜੇ ਫੁੱਟਪ੍ਰਿੰਟ ਵਗੈਰਾ ਸੀਗੇ ਜਾਂ ਟਾਇਰਾਂ ਦੇ ਜੋ ਵੀ ਮਾਰਕ ਸੀਗੇ ਹੋਰ ਮੋਟਰਸਾਈਕਲਾਂ ਦੇ, ਅਸੀਂ ਉਹ ਲੈ ਲੈਂਗੇ।